ਪ੍ਰਭੂ ਯਸਮਸੀ ਦੀ ਹਜ਼ੂਰੀ ਵਿੱਚ ਆਏ ਹੋਏ ਸਾਰੇ ਭੈਣਾਂ ਭੰਜੈਮਸੀ ਦੀ ਅੱਜ ਅਸੀਂ ਪੜਾਂਗੇ ਯਕੂਬ 13 ਦੇ ਯਕੂਬ 5 ਦੇ ਉਹਦੀ 13 ਆਇਤ ਇੰਜਲੀਆ ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਕੋਈ ਬਿਮਾਰ ਹੈ ਸਤਾਨ ਦਾ ਜਕੜਾ ਹੈ ਤੁਹਾਡੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਹੈ ਜਾਂ ਕੀਤਾ ਕਰਾਇਆ ਹੈ ਤਾਂ ਕੀ ਕਰੇ ਪ੍ਰਾਰਥਨਾ ਕਰੇ ਪ੍ਰਾਰਥਨਾ ਦੇ ਨਾਲ ਤੁਸੀਂ ਪਹਾੜ ਨੂੰ ਕਹੋਗੇ ਇੱਕ ਪਾਸੇ ਤੋਂ ਦੂਜੇ ਪਾਸੇ ਚਲਿਆ ਜਾ ਉਹ ਵੀ ਤੁਹਾਡਾ ਕਹਿਣਾ ਬਣੇਗਾ ਇਹ ਪਹਾੜ ਕਿਹੜਾ ਹੈ ਇਪਮਾ ਪਹਾੜੇ ਬਿਮਾਰੀਆਂ ਦਾ ਕਰਜ਼ੇ ਦਾ ਸਰਾਬ ਤੁਹਾਡੇ ਤੁਹਾਡੇ ਵਿੱਚੋਂ ਕੋਈ ਆਨੰਦ ਹੈ ਤਾਂ ਭਜਨ ਗਾਵੇ ਜੇ ਕੋਈ ਆਨੰਦ ਹੈ ਤੁਹਾਡੇ ਘਰ ਵਿੱਚ ਬਰਕਤਾਂ ਅਸੀਸਾਂ ਉਹ ਕੀ ਕਰੇ ਭਜਨ ਗਾਵੇ ਗੀਤ YouTube ਵਿੱਚ ਸੁਣ ਸਕਦੇ ਆ ਆਪਣੇ ਘਰ ਵਿੱਚ ਡੈਕ ਲਾ ਸਕਦੇ ਆ ਆਪਣੇ ਘਰ ਵਿੱਚ ਸੀਡੀ ਲਾ ਕੇ ਸੁਣ ਸਕਦੇ ਆ ਕੋਈ ਤੁਹਾਡੇ ਵਿੱਚੋਂ ਮੰਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸਦਾ ਕਲੇ ਜੇ ਤੁਹਾਡੇ ਵਿੱਚੋਂ ਕੋਈ ਮੰਦਾ ਹੈ ਭਾਵ ਉਹ ਨੂੰ ਪ੍ਰਾਰਥਨਾ ਕਰਨੀ ਨਹੀਂ ਹੁੰਦੀ ਵਜਨ ਪਰਣਾ ਨਹੀਂ ਹੁੰਦਾ ਵਰਤ ਨਹੀਂ ਰੱਖ ਸਕਦਾ ਉਹ ਕਲੀਸੇਯਾ ਦੇ ਬਜ਼ੁਰਗਾਂ ਨੂੰ ਸੱਦਾ ਕੱਲੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਦੇ ਉੱਤੇ ਤੇਲ ਚਸਨ ਅਤੇ ਉਹਦੇ ਲਈ ਪ੍ਰਾਰਥਨਾ ਕਰਨਾ ਅਤੇ ਉਹ ਕਲੀਸੇਯਾ ਦੇ ਸੰਤਾਂ ਨੂੰ ਸੇਵਕਾਂ ਨੂੰ ਸੱਦੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਦੇ ਉੱਤੇ ਤੇਲ ਚਸਨ ਅਤੇ ਪ੍ਰਾਰਥਨਾ ਕਰਨਾ ਅਤੇ ਪ੍ਰਾਰਥਨਾ ਜਿਹੜੀ ਨੇਚਾ ਨਾਲ ਹੋਵੇ ਉਹ ਬਿਮਾਰ ਨੂੰ ਬਚਾਏਗੀ ਅਤੇ ਪ੍ਰਾਰਥਨਾ ਜਿਹੜੀ ਨੇਚਾ ਨਾਲ ਹੋਵੇ ਉਹ ਬਿਮਾਰ ਨੂੰ ਬਚਾਏਗੀ ਇੱਕ ਤੇ ਉਸ ਨੂੰ ਨਰਕਾਂ ਦੀ ਅੱਗ ਤੋਂ ਬਚਾਏਗੀ ਦੋ ਜਾਂ ਉਸ ਨੂੰ ਬਿਮਾਰੀ ਤੋਂ ਸਰਾਪਾਂ ਤੋਂ ਕਰਜੇ ਤੇ ਸਰਾਪ ਤੋਂ ਬਚਾਏਗੀ ਅੱਗੇ ਲਿਖਿਆ ਅਤੇ ਪ੍ਰਭੂ ਉਹਨੂੰ ਉਠਾ ਕਰਾ ਕਰੇਗਾ ਪ੍ਰਭੂ ਉਸ ਨੂੰ ਬਿਮਾਰੀ ਤੋਂ ਉਠਾ ਕਰਾ ਕਰੇਗਾ ਭਾਵੇਂ ਉਸ ਨੇ ਕਿਸੇ ਵੀ ਤਰ੍ਹਾਂ ਦੇ ਪਾਪ ਕੀਤੇ ਹੋਣ ਪ੍ਰਭੂ ਉਸ ਨੂੰ ਆਪਣੇ ਲੋਕਾਂ ਵਿੱਚ ਉੱਚਿਆ ਕਰੇਗਾ ਅਤੇ ਜੇ ਉਸ ਨੇ ਪਾਪ ਕੀਤੇ ਹੋਣ ਤਾਂ ਉਹਨੂੰ ਮਾਫ਼ ਕੀਤੇ ਜਾਣਗੇ ਇਸ ਲਈ ਤੁਸੀਂ ਆਪੋ ਉਵਤੇ ਆਪਣੇ ਪਾਪਾਂ ਦਾ ਇਕਰਾਰ ਕਰੋ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਭਈ ਤੁਸੀਂ ਨਰੋਏ ਹੋ ਜਾਓ ਤੁਸੀਂ ਪ੍ਰਭੂ ਵਿੱਚ ਆਪੋ ਆਪਣੇ ਪਾਪਾਂ ਦਾ ਇਕਰਾਰ ਕਰੋ ਆਪਣੀਆਂ ਗਲਤੀਆਂ ਮੰਨੋ ਆਪਣੇ ਗੁਨਾਹਾਂ ਨੂੰ ਮੰਨੋ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਨਰੋਏ ਹੋ ਜਾਓ ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ ਧਰਮੀ ਪੁਰਖ ਕੌਣ ਹੈ ਜਿਨੇ ਤੋਬਾ ਕੀਤੀ ਹੈ ਬਪਤਿਸਮਾ ਲਿਆ ਹੈ ਆਪਣੀਆਂ ਗਲਤੀਆਂ ਗੁਨਾਹ ਮੰਨੇ ਉਹ ਧਰਮੀ ਆ ਧਰਮੀ ਪੁਰਖ ਦੀ ਪ੍ਰਾਰਥਨਾ ਤੋਂ ਬਹੁਤ ਅਸਰ ਹੁੰਦਾ ਹੈ ਇਲੀਆ ਸਾਡੇ ਵਰਗਾ ਦੁੱਖ ਸੁਖ ਭੋਗਣ ਵਾਲਾ ਮਨੁੱਖ ਸੀ ਉਹਨੇ ਤਨੋਂ ਮਨੋਂ ਪ੍ਰਾਰਥਨਾ ਕੀਤੀ ਭਈ ਵਰਖਾ ਨਾ ਹੋਵੇ ਤਾਂ ਸਾਡੇ ਤਿੰਨਾਂ ਵਰਾਂ ਤਿਕ ਉਸ ਧਰਤੀ ਉੱਤੇ ਵਰਖਾ ਨਾ ਹੋਈ ਇਲੀਆ ਵੀ ਇੱਕ ਸਾਡੇ ਤੁਹਾਡੇ ਵਾਂਗੂ ਕਾਰੋਬਾਰ ਕਰਨ ਵਾਲਾ ਮਨੁੱਖ ਸੀ ਉਸਨੇ ਤਨੋਂ ਮਨੋਂ ਪ੍ਰਾਰਥਨਾ ਕੀਤੀ ਅਤੇ ਸਾਡੇ 3 ਸਾਲ ਵਰਖਾ ਨਾ ਹੋਈ ਆਹ ਬਰਾਜੇ ਦੇ ਦਿਨਾਂ ਵਿੱਚ ਜਦੋਂ ਰਾਣੀ ਈਜ਼ੇਬਲ ਪ੍ਰਭੂ ਦੇ ਸੰਤਾਂ ਨੂੰ ਮਰਵਾ ਰਹੀ ਸੀ ਤਾਂ ਇਲੀਆ ਨੇ ਪ੍ਰਾਰਥਨਾ ਕੀਤੀ ਅਤੇ ਸਾਡੇ ਤਿੰਨਾਂ ਸਾਲਾਂ ਵਿੱਚ ਵਰਖਾ ਨਹੀਂ ਹੋਈ ਅਤੇ ਉਸ ਨੇ ਫਿਰ ਪ੍ਰਾਰਥਨਾ ਕੀਤੀ ਆਕਾਸ਼ ਨੇ ਵਰਖਾ ਕੀਤੀ ਅਤੇ ਧਰਤੀ ਨੇ ਫਲ ਉਗਾਏ ਉਸ ਨੇ ਫਿਰ ਪ੍ਰਾਰਥਨਾ ਕੀਤੀ ਧਰਤੀ ਨੇ ਆਪਣੇ ਫਲ ਉਗਾਏ ਅਤੇ ਆਕਾਸ਼ ਨੇ ਵਰਖਾ ਕੀਤੀ ਮੇਰੇ ਭਰਾਵੋ ਜੇ ਕੋਈ ਤੁਹਾਡੇ ਵਿੱਚੋਂ ਸੱਚਾਈ ਦੇ ਰਾਹੋਂ ਭੁੱਲ ਜਾਵੇ ਅਤੇ ਕੋਈ ਉਹਨੂੰ ਮੋੜ ਲਿਆਵੇ ਤਾਂ ਉਹ ਜਾਣ ਲਵੇ ਭਾਈ ਉਸ ਨੇ ਇੱਕ ਪਾਪੀ ਨੂੰ ਬਦਰਾਹੀ ਤੋਂ ਮੋੜ ਲਿਆਂਦਾ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਅਤੇ ਬਾਲਿਆਂ ਦੇ ਪਾਪਾਂ ਨੂੰ ਟੱਕ ਲਿਆ ਗਿਆ ਅਗਰ ਕੋਈ ਬੁਰੇ ਰਾਹਾਂ ਤੇ ਚੱਲ ਰਿਹਾ ਨਸ਼ੇ ਕਰਦਾ ਹੈ ਅਗਰ ਉਸ ਨੂੰ ਕੋਈ ਮੋੜ ਲੈਂਦਾ ਤਾਂ ਉਸ ਨੂੰ ਬਰਿਆਈ ਤੋਂ ਮੌਤ ਤੋਂ ਬਚਾ ਲਵੇਗਾ ਅਤੇ ਬਾਲਿਆਂ ਦੇ ਪਾਪ ਨੂੰ ਢੱਕ ਲਏਗਾ ਇਸ ਲਈ ਸਾਨੂੰ ਤੋਬਾ ਕਰਨ ਦੇਣਾ ਚਾਹੀਦਾ ਵਾ ਬਪਤੀ ਸਮਾ ਲੈਣਾ ਚਾਹੀਦਾ ਅਤੇ ਪ੍ਰਭੂ ਵਿੱਚ ਆਗਿਆਕਾਰੀ ਨਾਲ ਚੱਲਦੇ ਰਹਿਣਾ ਚਾਹੀਦਾ ਸੋ ਆਓ ਅਸੀਂ ਪ੍ਰਾਰਥਨਾ ਕਰਾਂਗੇ ਹਾਲੇਲੀਆ ਹਾਲੇਲੀਆ ਸਰਬਸ਼ਕਤੀਮਾਨ ਪ੍ਰਭੂ ਜੀ ਜਿਹਨੇ ਲੋਕ ਇਸ ਪ੍ਰਾਰਥਨਾ ਸੋ ਰੇ ਪ੍ਰਭੂ ਜੀ ਇੱਕ ਇੱਕ ਨੂੰ ਚੰਗਾਈ ਤੋਂ ਕਾਮਿਲ ਸ਼ਿਫਾ ਦੋ ਹਰ ਤਰ੍ਹਾਂ ਦਾ ਰੋਗ ਕਸ਼ਟ ਦੂਰ ਕਰੋ ਹਰ ਤਰ੍ਹਾਂ ਦੀ ਬਿਮਾਰੀ ਦੂਰ ਕਰੋ ਪ੍ਰਭੂ ਜੀ ਇਹਨਾਂ ਦੀ ਮੈਡੀਕਲ ਰਿਪੋਰਟ ਨੋਰਮਲ ਆਵੇ ਪ੍ਰਭੂ ਜੀ ਇਹਨਾਂ ਨੂੰ ਹਰ ਤਰ੍ਹਾਂ ਦੀ ਕੈਂਸਰ ਤੋਂ ਹਰ ਤਰ੍ਹਾਂ ਦੀ ਲੀਵਰ ਦੇ ਕੈਂਸਰ ਤੋਂ ਪ੍ਰਭੂ ਜੀ ਬਚਾ ਕੇ ਰੱਖਣਾ ਇਹਨਾਂ ਨੂੰ ਡੇਂਗੂ ਬੁਖਾਰ ਤੋਂ ਟਾਈਫਾਇਰ ਤੋਂ ਹਰ ਤਰ੍ਹਾਂ ਦੇ ਮਲੇਰੀਆ ਬੁਖਾਰ ਤੋਂ ਪ੍ਰਭੂ ਜੀ ਛੁਟਕਾਰਾ ਦੇਣਾ ਪ੍ਰਭੂ ਜੀ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਪ੍ਰਭੂ ਜੀ ਅੱਖਾਂ ਦੇ ਅੰਨਿਆਂ ਨੂੰ ਪ੍ਰਭ ਜੀ ਲੋ ਦੇਣੀ ਪ੍ਰਭ ਜੀ ਤੁਹਾਡੀ ਤਾਰੀ ਤੁਹਾਡਾ ਧੰਨਵਾਦ ਪ੍ਰਭ ਜੀ ਇੱਕ ਇੱਕ ਤੇ ਦਇਆ ਕਰਨਾ ਕਿਰਪਾ ਕਰਨਾ ਪ੍ਰਭ ਜੀ ਇਹਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦੇਣਾ ਪ੍ਰਭ ਜੀ ਅੰਨਿਆਂ ਨੂੰ ਪ੍ਰਭ ਜੀ ਵੇਖਣ ਦੀ ਸ਼ਕਤੀ ਦੇਣਾ ਪ੍ਰਭ ਜੀ ਗੋਂਗਿਆਂ ਨੂੰ ਬੋਲਣ ਦੀ ਸ਼ਕਤੀ ਦੇਣਾ ਪ੍ਰਭ ਜੀ ਤੁਹਾਡੀ ਤਾਰੀ ਤੁਹਾਡਾ ਧੰਨਵਾਦ ਪ੍ਰਭ ਜੀ ਹਾਰ ਤਨਾਂ ਦੇ ਦੁੱਖਾਂ ਦਾ ਕਲੇਸ਼ਾਂ ਦਾ ਪ੍ਰਭ ਜੀ ਨਾਸ਼ ਕਰਨਾ ਪ੍ਰਭ ਜੀ ਤੁਹਾਡੀ ਤਾਰੀ ਤੁਹਾਡਾ ਧੰਨਵਾਦ ਛੋਟੀ ਬੇਨਤੀ ਪ੍ਰਾਰਥਨਾ ਸੁਣ ਕਬੂਲ ਕਰੋ ਰਾਤਨੀ ਇਸ ਸੁਣ ਸੀ ਨਾਜਮਾਂ ਦੇ ਆਮੀਨ